ਅੱਜ ਚੰਡੀਗੜ੍ਹ ਦੇ ਸੈਕਟਰ 16 ਦੇ ਪੰਜਾਬ ਕਲਾ ਭਵਨ ਦੇ ਸਟੇਡੀਅਮ ਵਿਖੇ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਇੱਕ ਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਕਲਾ ਦੇ ਪ੍ਰੀਸ਼ਦ ਦੇ ਚੇਅਰਮੈਨ ਅਤੇ ਪ੍ਰਸਿੱਧ ਕਵੀ ਅਤੇ ਪਦਮ ਸ਼੍ਰੀ ਅਵਾਰਡੀ ਸ਼੍ਰੀ ਸੁਰਜੀਤ ਪਾਤਰ ਨੇ ਕੀਤੀ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਸਟੇਜ ਦਾ ਸੰਚਾਲਨ ਬੜੇ ਹੀ ਵਧੀਆ ਢੰਗ ਨਾਲ ਕੀਤਾ। ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਥੱਲੇ ਵੱਖ ਵੱਖ ਜਥੇਬੰਦੀਆਂ, ਜਿਸ ਵਿੱਚ ਕੇਂਦਰੀ ਲੇਖਕ ਸੰਘ ਪੰਜਾਬ, ਚੰਡੀਗੜ੍ਹ ਪੇਂਡੂ ਸੰਘਰਸ਼ ਸਮਝੀ ਸਮੂਹ ਗੁਰਦੁਆਰਾ ਸੰਗਠਨ ਅਤੇ ਹੋਰ ਪੰਜਾਬੀ ਅਧਿਆਸ਼ੀਆਂ ਨੇ ਹਿੱਸਾ ਲਿਆ ਅਤੇ ਵੱਖ ਵੱਖ ਬੁਲਾਰੇ ਨੇ ਆਪਣੇ ਵਿਚਾਰ ਰੱਖੇ, ਜਿਸ ਵਿੱਚ ਭਾਸ਼ਾ ਵਿਗਿਆਨੀ ਸਰਦਾਰ ਜੋਗਾ ਸਿੰਘ ਨੇ ਆਪਣੇ ਵਿਚਾਰ ਰੱਖੇ। ਮੰਚ ਦੇ ਸੈਕਟਰੀ ਸ਼੍ਰੀ ਦੇਵੀ ਦਿਆਲ ਸ਼ਰਮਾ ਦੀ ਅਗਵਾਈ ਵਿੱਚ ਇਹ ਮੰਚ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਵਗਾਉਣ ਵਾਲੀ ਬੜੀ ਲੜਾਈ ਲੜ ਰਹੀ ਹੈ ਅਤੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਾਉਣ ਵਾਸਤੇ ਸੰਘਰਸ਼ ਕਰ ਰਹੀ ਹੈ। ਮੰਚ ਦਾ ਕਹਿਣਾ ਹੈ ਕਿ ਸਾਰੇ ਭਾਰਤ ਵਿੱਚ 7 ਯੂਨਿਟਾਂ ਟੈਰੀਟਰੀਆਂ ਹਨ ਅਤੇ ਕਿਸੇ ਦੀ ਵੀ ਭਾਸ਼ਾ ਅੰਗਰੇਜ਼ੀ ਨਹੀਂ ਹੈ ਅਤੇ ਸਭ ਦੀ ਆਪਣੀ ਖੇਤਰੀ ਭਾਸ਼ਾ ਹੀ ਹੈ, ਪਰ ਚੰਡੀਗੜ੍ਹ ਵਿੱਚ ਪਹਿਲੀ ਭਾਸ਼ਾ ਅੰਗਰੇਜ਼ੀ ਥੋਪ ਕੇ ਪੰਜਾਬ ਵਾਸੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਦੋਂ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਅਤੇ ਇੱਥੇ ਵੀ ਪ੍ਰਸ਼ਾਸਨ ਦਾ ਕੰਮ ਪੰਜਾਬੀ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕ ਆਪਣਾ ਪੱਤਰਾਚਾਰ ਪੰਜਾਬੀ ਵਿੱਚ ਕਰ ਸਕਣ। ਮੰਤਰੀ ਨਵਜੋਤ ਸਿੱਧੂ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਭਾਸ਼ਣ ਕੀਤਾ ਅਤੇ ਕਿਹਾ ਕਿ ਉਹ ਮੰਚ ਦੇ ਨਾਲ ਹਨ ਅਤੇ ਮਾਂ ਬੋਲੀ ਪੰਜਾਬੀ ਵਾਸਤੇ ਉਹ ਹਰ ਸੰਘਰਸ਼ ਵਾਸਤੇ ਤਿਆਰ ਹਨ। 1 ਨਵੰਬਰ 2018 ਨੂੰ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਅਗਰ ਚੰਡੀਗੜ੍ਹ ਪੰਜਾਬੀ ਮੰਚ ਦੇ 2000 ਕਾਰਕੁਨ ਹਨ ਅਤੇ ਚੰਡੀਗੜ੍ਹ ਵਿੱਚ ਪੰਜਾਬ ਦੀ ਰਾਜਧਾਨੀ ਵਿੱਚ ਮੈਂ ਉਹਨਾਂ ਦੀ ਗਿਣਤੀ 20,000 ਕਰ ਦਿਆਂਗਾ। ਬਾਅਦ ਵਿੱਚ ਸਿੱਧੂ ਨੇ ਪੱਤਰਕਾਰਾਂ ਨਾਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਅਤੇ ਆਏ ਹੋਏ ਪੰਜਾਬੀ ਅਧਿਆਸ਼ੀਆਂ ਨਾਲ ਲੰਗਰ ਵੀ ਛਕਿਆ। ਇਸ ਤੋਂ ਇਲਾਵਾ ਆਮ ਪਾਰਟੀ ਦੇ ਪਟਿਆਲਾ ਦੇ MP ਸ਼੍ਰੀ ਧਰਮਵੀਰ ਗਾਂਧੀ ਨੇ ਵੀ ਸ਼ਿਰਕਤ ਕੀਤੀ। ਪੱਤਰਕਾਰ ਪ੍ਰਹਲਾਦ ਸਿੰਘ, AKS ਨਿਊਜ਼, ਚੰਡੀਗੜ੍ਹ। ਇੱਕ ਪੰਜਾਬੀ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੰਘ ਕਿੰਨਿਆਂ ਦੇ ਬਰਾਬਰ ਹੈ ਇਹ ਤੁਸੀਂ ਜਾਣਦੇ ਹੋ। ਇਸ ਕਰਕੇ ਮੈਂ ਫਿਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਤੁਸੀਂ ਇਹ ਪੁੰਨ ਸਥਲੀ ਦੇ ਉੱਤੇ ਮੈਨੂੰ ਬੁਲਾਇਆ। ਇਹ ਪੰਜਾਬ ਦੀ ਆਵਾਜ਼ ਦਾ ਸਵਾਲ ਹੈ, ਇਹ ਪੰਜਾਬ ਦੀ ਗੈਰਤ ਦਾ ਸਵਾਲ ਹੈ। ਇਹੋ ਜਿਹੀ ਥਾਂ ਦੇ ਉੱਤੇ ਬੁਲਾ ਕੇ ਤੁਸੀਂ ਮੈਨੂੰ ਇਹ ਮਾਨ ਸਨਮਾਨ ਦਿੱਤਾ। ਬੰਦਾ ਰੋਟੀ ਖਾ ਕੇ ਨਹੀਂ ਆਦਰ ਮਾਨ ਸਨਮਾਨ ਦੇ ਨਾਲ ਤ੍ਰਿਪਤ ਹੁੰਦਾ ਅਤੇ ਮੈਂ ਕਿ ਗੋਰੇ ਦੇ ਗੋਡੀ ਹੱਥ ਨਹੀਂ ਲਾਉਂਦਾ ਪਰ ਬਾਪੂ ਦੇ ਗੋਡੀ ਹੱਥ ਜ਼ਰੂਰ ਲਾਉਂਗਾ ਜਿਹੜਾ ਕਿ ਗੋਰੇ ਛੱਡ ਕੇ 1% ਸੀ ਅਤੇ ਸਾਨੂੰ ਅੰਗਰੇਜ਼ੀ ਛੱਡ ਗਏ ਹੁਣ ਅਤੇ ਹੁਣ ਅੱਗੇ ਗੋਰਿਆਂ ਦੀ ਗੁਲਾਮੀ ਕਰਦੇ ਰਹੇ ਹਾਂ ਅਤੇ ਹੁਣ ਅਸੀਂ ਅੰਗਰੇਜ਼ੀ ਦੀ ਗੁਲਾਮੀ ਕਰਦੇ ਹਾਂ। ਮੈਂ ਕਹਿੰਦੇ ਕਿਸੇ ਨਾਲ ਅੰਗਰੇਜ਼ੀ ਨਹੀਂ ਬੋਲਦਾ, ਜੇ ਗੋਰਾ ਮੇਰੇ ਨਾਲ ਕੋਈ ਅੰਗਰੇਜ਼ੀ ਬੋਲੇ ਪਏ, ਜੈਫਰੀ ਬੋਇਕੋਟ ਨੇ ਬੋਲੀ ਮੈਂ ਪੈਂਟ ਲਾਤੀ ਸੀ, ਉਹ ਵੀ ਆਉਂਦਾ ਸਾਨੂੰ। ਲੇਕਿਨ ਆਪਣੀ ਪਛਾਣ ਨਾ ਖੋਈਏ, ਸਖਤੀਆਂ ਸਹਿਨੇ ਕੇ ਲੀਏ ਪੱਥਰ ਕਾ ਜਿਗਰ ਪੈਦਾ ਕਰੇ, ਸਖਤੀਆਂ ਸਹਿਨੇ ਕੇ ਲੀਏ ਪੱਥਰ ਕਾ ਜਿਗਰ ਪੈਦਾ ਕਰੋ ਔਰ ਕੌਮ ਕੀ ਖਾਤਰ ਜੋ ਕੱਟ ਸਕੇ ਉਹ ਸਰ ਪੈਦਾ ਕਰੋ। ਬਾਤ ਖਤਮ, ਖਟਾ।